ਹਾਂਜੀ ਬਾਬਿਓ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੋ ਅੱਜ ਜਿਹੜੀ ਆਪਾਂ ਵਲੋਗ ਦੀ ਸ਼ੁਰੂਆਤ ਕੀਤੀ ਆ, ਉਹ ਜਾ ਰਹੇ ਆਪਾਂ ਅਨੰਦਪੁਰ ਸਾਹਿਬ, ਤੇ ਆਪਣੇ ਨਾਲ ਸਾਰੇ ਆਪਣੇ ਭਰਾ ਨੇ, ਜਿੰਨੇ ਵੀ ਪਿੰਡ ਦੇ ਭਰਾ ਜਾ ਰਹੇ ਨੇ, ਤੇ ਤੁਹਾਨੂੰ ਵਿਖਾਲਦੇ ਆ ਹੋਰ ਰਸਤੇ ਵਧੀਆ ਵਧੀਆ ਵਿਊ ਆਉਂਦਾ ਆ, ਉਹ ਜ਼ਰੂਰ ਤੁਸੀਂ ਵੇਖਿਓ, ਤੇ ਬਾਕੀ ਵਲੋਗ ਨਾਲ ਬਣੇ ਰਹੋ। ਤੇ ਆਪਣਾ ਡਾਊਨ ਸਾਹਿਬ, ਇਹ ਆਪਣਾ ਹੈ ਆ ਵੱਡਾ ਵੀਰ ਕਾਲੀ ਡਾਊਨ, ਇਹ ਆਪਣੇ ਵੱਡੇ ਭਾਅ ਜੀ ਜਸਪਾਲ ਸਿੰਘ, ਜਸਪਾਲ ਸਿੰਘ ਜੱਸੜ, ਉਹ ਬਾਕੀ ਆਪਣੇ ਨਾਲ ਵੀਰਪਾਲ। ਤੇ ਹੁਣ ਤੁਹਾਨੂੰ ਵਿਖਾਲਦੇ ਆਪਾਂ ਜਿਹੜਾ ਬੈਕਗਰਾਉਂਡ ਦਾ ਵਿਊ ਆ, ਬਹੁਤ ਸੋਹਣਾ ਵਿਊ ਇੱਧਰ ਦਾ, ਤੇ ਬਾਕ ਹਲਕੀ ਹਲਕੀ ਬਾਕੀ ਪੈ ਰਹੀ ਆ। ਇਹ ਰਸਤੇ 'ਚ ਆਪਾਂ ਖੜੇ ਹਾਂ, ਜਾ ਕੇ ਤੇ ਤੁਸੀਂ ਵਿਊ ਚੈੱਕ ਕਰੋ, ਬਾਕੀ ਗੱਲਾਂ ਦੀ ਗੱਲਾਂ। ਬਾਰਿਸ਼ ਹਲਕੀ ਹਲਕੀ ਪਈ ਆ ਤੇ ਹਰਿਆਲੀ ਵਗੈਰਾ ਹੋ ਰਹੀ ਆ, ਕਿਉਂਕਿ ਮੌਸਮ ਚੇਂਜ ਹੋ ਰਿਹਾ, ਮੌਸਮ ਘੈਂਟ ਹੋ ਗਿਆ। ਤੇ ਇੱਥੋਂ ਆਪਾਂ ਚਾਲੇ ਪਾਉਂਦੇ ਹਾਂ ਜੀ ਅਨੰਦਪੁਰ ਸਾਹਿਬ, ਤੇ ਬਾਕੀ ਤੁਸੀਂ ਬਣੇ ਰਹੋ, ਵਲੋਗ ਵੇਖਦੇ ਰਹੋ। ਹਾਂਜੀ, ਹੁਣ ਆਪਾਂ ਪਹੁੰਚ ਗਏ ਹਾਂ ਜੀ ਗੁਰੂ ਕਲ ਹੋਰ ਗੁਰਦੁਆਰਾ ਸਾਹਿਬ। ਸੋ ਇੱਥੋਂ ਆਪਾਂ ਸ਼ੁਰੂਆਤ ਕੀਤੀ ਆ, ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਸ਼ੇਰਾ ਸਾਹਿਬ ਗੁਰਦੁਆਰਾ, ਫਿਰ ਆਊਗਾ ਅਨੰਦਪੁਰ ਸਾਹਿਬ ਕੇਸਗੜ੍ਹ, ਅਤੇ ਹੌਲੀ ਹੌਲੀ ਆਪਾਂ ਤੁਹਾਨੂੰ ਜਿਹੜਾ ਇਹ ਪੂਰਾ ਵਲੋਗ ਖਾਵਾਂਗੇ, ਅਤੇ ਜਿੰਨੇ ਆਪਣੇ ਇੱਧਰ ਧਾਰਮਿਕ ਗੁਰਦੁਆਰਾ ਸਾਹਿਬ ਹੈਗੇ ਆ, ਉਹ ਸਾਰੇ ਹੀ ਤੁਹਾਨੂੰ ਜਿਹੜੇ ਇਤਿਹਾਸਿਕ ਗੁਰਦੁਆਰੇ ਆ ਉਹ ਇਸ ਵੀਡੀਓ ਵਿੱਚ ਤੁਹਾਨੂੰ ਵਿਖਾਏ ਜਾਣਗੇ। ਹਾਂਜੀ, ਹੁਣ ਆਪਾਂ ਤੁਹਾਨੂੰ ਇੱਥੋਂ ਦਾ ਇਤਿਹਾਸ ਦੱਸਦੇ ਹਾਂ ਜੀ। ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਰਸ਼ਾ ਮਾਰ ਕੇ ਤਾਂ ਇੱਥੋਂ ਪਾਣੀ ਦੀ ਜਿਹੜੀ ਜ਼ਮੀਨ ਤੋਂ ਧਾਰਾ ਨਿਕਲੀਆਂ ਸੀ, ਅਤੇ ਇੱਥੇ ਉਸੇ ਹੀ ਮਤਲਬ ਯਾਦ ਵਿੱਚ ਜਿਹੜਾ ਖੂਹ ਬਣਿਆ, ਇੱਥੇ ਮਹਾਰਾਜ ਵਰਸ਼ਾ ਮਾਰਿਆ ਸੀ। ਸੋ ਹੁਣ ਆਓ ਆਪਾਂ ਹੁਣ ਚੱਲਦੇ ਹਾਂ ਅਗਲੇ ਗੁਰਦੁਆਰਾ ਸਾਹਿਬ। ਹਾਂਜੀ, ਹੁਣ ਆਪਾਂ ਪਹੁੰਚ ਗਏ ਹਾਂ ਜੀ ਗੁਰਦੁਆਰਾ ਪਾਉੜ ਸਾਹਿਬ, ਅਤੇ ਇੱਥੇ ਜਿਹੜੇ ਮੈਂ ਹੈਗੇ ਸੀ ਮਾਤਾ ਜੀਤ ਕੌਰ ਜੀ ਦਾ ਆਨੰਦ ਕਾਰਜ ਹੋਇਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ। ਸੋ ਇਹ ਗੁਰਦੁਆਰਾ ਸਾਹਿਬ ਹੈਗਾ ਆ ਗੁਰਦੁਆਰਾ ਪਾਉੜ ਸਾਹਿਬ। ਹੁਣ ਉਹ ਆਪਾਂ ਚੱਲਦੇ ਹਾਂ, ਹੁਣ ਉੱਪਰ ਦਰਸ਼ਨ ਕਰਦੇ ਹਾਂ। ਸੋ ਇਸ ਤੋਂ ਬਾਅਦ ਆਪਾਂ ਜਾਵਾਂਗੇ ਜਿਹੜੇ ਅਲੱਗ ਅਲੱਗ ਜਿੰਨੇ ਵੀ ਗੁਰਦੁਆਰਾ ਸਾਹਿਬ ਹੋਣਗੇ, ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਵਾਏ ਜਾਣਗੇ ਨਾਲ ਨਾਲ। ਇਹ ਵੇਖ ਸਕਦੇ ਹੋ ਵੀ ਇੱਥੇ ਗੁਰੂ ਗੋਬਿੰਦ ਸਿੰਘ ਦੇ ਘੋੜੇ ਨੇ ਜਿਹੜਾ ਪੌੜ ਮਾਰਿਆ ਸੀ, ਅਤੇ ਇੱਥੋਂ ਜਿਹੜੀਆਂ ਮਤਲਬ ਪਾਣੀ ਨਿਕਲਿਆ ਸੀ, ਅਤੇ ਇਹ ਕੁਦਰਤੀ ਹਾਲੇ ਤੱਕ ਜਿਹੜਾ ਪਾਣੀ ਆ ਉਹ ਆਉਂਦਾ ਹੀ ਰਹਿੰਦਾ ਆ, ਪਰ ਕਈ ਸੰਗਤਾਂ ਦੀ ਇਹ ਮਾੜੀ ਗੱਲ ਲੱਗਦੀ ਹੈ ਵੀ ਇਹਦੇ ਵਿੱਚ ਪੈਸੇ ਸੁੱਟ ਦਿੰਦੇ ਆ, ਉਹ ਨਾ ਸੁੱਟਿਆ ਕਰੋ, ਅਤੇ ਕਿਉਂਕਿ ਜਲ ਦੀ ਜਿਹੜੀ ਅਪਵਿੱਤਰਤਾ ਹੁੰਦੀ ਆ। ਇੱਥੇ ਕੁਦਰਤੀ ਜਿਹੜਾ ਪਾਣੀ ਆ ਅਤੇ ਮਿੱਠਾ ਪਾਣੀ ਹੁੰਦਾ, ਇੱਥੇ ਨਹੀਂ ਵੇਖ ਸਕਦੇ ਹੋ, ਇੱਦਾਂ ਮਤਲਬ ਤੁਸੀਂ ਜਲ ਪੀ ਸਕਦੇ ਬਾਅਦ ਚ। ਹਾਂਜੀ ਬਾਬੇ, ਹੁਣ ਆਪਾਂ ਨਾ ਗੁਰਦੁਆਰਾ ਸਾਹਿਬ ਤੋਂ ਹੋ ਕੇ ਆਏ ਹਾਂ, ਅਤੇ ਹੁਣ ਆਪਾਂ ਚੱਲੇ ਹਾਂ ਸ਼ੇਰਾ ਸਾਹਿਬ ਗੁਰਦੁਆਰਾ ਸਾਹਿਬ, ਅਤੇ ਰਸਤੇ ਵਿੱਚ ਆਪਣੇ ਵੀਰ ਹੁਣੇ ਨਾਲ ਟਰੈਕਟਰ ਦੀ ਜਿਹੜੀ ਆ ਉਹ ਕਰ ਰਹੇ ਆ ਸਵਾਰੀ, ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਸ਼ੇਰਾ ਸਾਹਿਬ। ਆਹ ਛੋਟਾ ਜਿਹਾ ਮਾੜਾ ਆਹ ਨਿੱਕਾ ਟਰੈਕਟਰ ਜੀ ਇੱਕ, ਅਤੇ ਵੀਰ ਹੁਣ ਵਲੋਗ ਨਹੀਂ ਆ, ਸਿੰਪਲ ਵੀਡੀਓ ਆ, ਸਿੰਪਲ ਵੀਡੀਓ ਆ। ਤੇਲ ਮੁੱਕੇ ਨਾਲ ਵਾਧੂ ਇੱਧਰ ਵਿੱਚ ਨਾ ਮਾਰਦੀ ਹੁਣ ਮੁੜ ਕੇ ਪੈਸੇ ਦੇ ਕੇ ਵੀ ਰੱਖ ਲਈ।
ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਸਥਾਨ ਆ ਜੀ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸਥਾਨ ਤੇ ਮਹਾਰਾਜ ਸੇਰਾ ਮੰਨਿਆ ਗਿਆ ਸੀਗਾ। ਤੇ ਇਹ ਆਓ ਆਪਾਂ ਦਰਸ਼ਨ ਕਰਦੇ ਹਾਂ। ਹਾਂਜੀ ਬਾਬੇ, ਹੁਣ ਆਪਾਂ ਪਿੱਛੋਂ ਸਾਰੇ ਜਿਹੜੇ ਗੁਰਦੁਆਰਾ ਸਾਹਿਬ ਘੁੰਮ ਕੇ ਅਤੇ ਹੁਣ ਪਹੁੰਚ ਗਏ ਹਾਂ ਕੇਸਗੜ੍ਹ ਸਾਹਿਬ। ਜਿੱਦਾਂ ਕਿ ਤੁਹਾਨੂੰ ਇੱਥੋਂ ਦਾ ਬਹੁਤ ਜ਼ਿਆਦਾ ਪਤਾ ਹੋਊਗਾ, ਕਿਉਂਕਿ ਇੱਥੇ ਜਿਹੜਾ ਕਿਲ੍ਹਾ ਸਾਹਿਬ ਗੁਰਦੁਆਰੇ ਆ, ਇੱਥੇ ਮਾਰਨ ਜਿਹੜਾ ਮੁਗਲਾਂ ਵੱਲੋਂ ਘੇਰਾ ਪਾਇਆ ਗਿਆ ਸੀ। ਅਤੇ ਹੁਣ ਆਓ ਆਪਾਂ ਚੱਲਦੇ ਹਾਂ ਉੱਪਰ, ਅਤੇ ਹੁਣ ਆਪਾਂ ਚੱਲਦੇ ਹਾਂ ਜੀ ਉੱਪਰ ਵੱਲ ਨੂੰ। ਅਤੇ ਸੰਗਤਾਂ ਵਾਸਤੇ ਸੇਵਾ ਕਰ ਰਹੀਆਂ ਨੇ, ਕਿਉਂਕਿ ਬਾਰਿਸ਼ ਇੱਥੇ ਬਹੁਤ ਜ਼ਿਆਦਾ ਆਈ ਆ ਕੁਝ ਟਾਈਮ ਪਹਿਲਾਂ। ਅਤੇ ਆਪਾਂ ਬਾਕੀ ਜਿਹੜਾ ਇਤਿਹਾਸ ਆ ਕੁਝ ਉੱਪਰ ਜਾ ਕੇ ਤੁਹਾਨੂੰ ਦੱਸਦੇ ਹਾਂ। ਕਿਲ੍ਹਾ ਸਾਹਿਬ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ, ਜਦੋਂ ਪੰਜ ਕਿਲ੍ਹਿਆਂ ਵਿੱਚੋਂ ਇੱਕ ਕਿਲ੍ਹਾ ਸੀਗਾ। ਇੱਥੇ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦਾ ਯੁੱਧ ਲੜੇ ਸੀਗੇ, ਅਤੇ ਇਹਨਾਂ ਪਹਾੜੀ ਰਾਜਿਆਂ ਦੇ ਵਿਰੁੱਧ ਇਹਨਾਂ ਨੇ ਯੁੱਧ ਲੜਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ। ਇਹ ਤੁਹਾਨੂੰ ਸਾਧ ਜੀ ਦਰਸ਼ਨ ਕਰਾ ਰਹੇ ਹਾਂ। ਇਹ ਕਿਲ੍ਹਾ ਉਹਨਾਂ ਪੰਜਾਂ ਕਿਲ੍ਹਿਆਂ ਦੇ ਵਿੱਚੋਂ ਇੱਕ ਕਿਲ੍ਹਾ ਵਾ, ਆਨੰਦਗੜ੍ਹ ਸਾਹਿਬ ਕਿਲ੍ਹਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬੇ, ਹੁਣ ਆਪਾਂ ਘੁੰਮ ਰਹੇ ਹਾਂ ਜੀ ਅਨੰਦਪੁਰ ਸਾਹਿਬ। ਅਤੇ ਸੋ ਆਪਣਾ ਵੀਰ ਇੱਕ ਹੈਗੇ ਆ, ਇਹ ਹੈਗੇ ਨੇ ਸਰਦਾਰ ਵੀਰ ਹੋਣੇ ਆ, ਅਤੇ ਵਧੀਆ ਖੂਬਸੂਰਤ ਦਾੜੀ ਰੱਖੀ ਹੋਈ ਆ ਨਾ, ਅਤੇ ਇਹ ਲਾਈ ਆ ਇਹਨਾਂ ਨੇ ਬੇਲਪੁਰੀ। ਸੋ ਆਪਾਂ ਕੋਸ਼ਿਸ਼ ਕਰਨੀ ਵੀ ਆਪਣੇ ਜਿੰਨੇ ਆਪਣੇ ਪੰਜਾਬੀ ਭਰਾ ਨੇ ਸਰਦਾਰ ਵੀਰ ਆ, ਅਤੇ ਆਪਾਂ ਇਹਨਾਂ ਤੋਂ ਜਿਹੜੀਆਂ ਚੀਜ਼ਾਂ ਖਾਈ ਕਰੀਏ, ਜਿਹੜੇ ਬਾਕੀ ਹੋਰ ਆਪਣੇ ਪ੍ਰਵਾਸੀ ਭਰਾਵਾਂ ਤੋਂ ਘਟਾ ਕੇ ਜਿਹੜੇ ਆਪਣੇ ਸਰਦਾਰ ਹੈਗੇ ਨੇ ਵੀਰ, ਇਹਨਾਂ ਨੂੰ ਆਪਣੇ ਪ੍ਰਮੋਟ ਕਰੀਏ, ਇਹਨਾਂ ਦਾ ਆਪਾਂ ਚੀਜ਼ਾਂ ਖਾਣਾ ਪਸੰਦ ਕਰੀਏ। ਲੋ ਜੀ, ਮੁੰਡਿਆਂ ਨੇ ਖਾ ਕੇ ਨਾ ਬੇਲਪੁਰੀਆਂ, ਇਹ ਕਰਵਾ ਤੇ ਹੁਣ ਬਰਗਰ। ਇਹ ਆਪਣੇ ਸਾਰੇ ਪੰਜਾਬੀ ਭਰਾ ਨੇ ਜਿਹੜੇ ਖਾ ਰਹੇ ਆ, ਜਿਹੜੇ ਖਵਾ ਵੀ ਰਹੇ ਤੇ ਧੰਨ ਧੰਨ ਕਰਾ ਰਹੇ ਆਪਣੀ। ਟ੍ਰੇਨ ਜਾ ਰਹੀ ਇੱਧਰ ਅਨੰਦਪੁਰ ਸਾਹਿਬ ਨੂੰ, ਜੇ ਕਿਨੇ ਹੂੜਾ ਲੈਣਾ ਤਾਂ ਲੈ ਸਕਦਾ ਅਨੰਦਪੁਰ ਸਾਹਿਬ ਆ ਕੇ। ਹਾਂਜੀ ਬਾਬੇ, ਹੁਣ ਆਪਾਂ ਪਹੁੰਚੇ ਜੀ ਸ਼੍ਰੀ ਕੇਸਗੜ੍ਹ ਸਾਹਿਬ ਗੁਰਦੁਆਰਾ, ਇਤਿਹਾਸਕ ਗੁਰਦੁਆਰਾ, ਜੋ ਕਿ ਤੁਸੀਂ ਆਪ ਭਲੀ ਭਾਂਤ ਜਾਣੋ ਇਤਿਹਾਸ ਬਾਰੇ। ਸੋ ਬਹੁਤ ਜ਼ਿਆਦਾ ਜਿਹੜੀ ਸਜਾਵਟ ਕੀਤੀ ਗਈ ਹੈ, ਵੀ ਹੋਲੇ ਮਹੱਲੇ ਜਿਹੜਾ ਪ੍ਰੋਗਰਾਮ ਸੀ ਉਹ ਹੁਣ ਇਸ ਟਾਈਮ ਖਤਮ ਹੋ ਚੁੱਕਿਆ, ਅਤੇ ਉਸ ਤੋਂ ਬਾਅਦ ਜਿਹੜੀ ਸੰਗਤ ਕਾਫੀ ਆ ਰਹੀ ਆ। ਗੁਰੂ ਸਾਹਿਬ
ਸਾਹਿਬ ਦਾ ਕਿਰਪਾ ਨਾਲ ਆਪਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਅਨੰਦਪੁਰ ਸਾਹਿਬ ਆ ਕੇ ਸੋ ਆਪਣੇ ਭਰਾ ਜੀ ਨਾਲ ਆਏ, ਉਹ ਕਰ ਰਹੇ ਸੇਵਾ ਚਾਦਰ ਵਿਛਾਈ ਦੀ। ਬਾਬਿਓ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਅਨੰਦਪੁਰ ਸਾਹਿਬ ਦੇ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਉਹ ਪਵਿੱਤਰ ਸਥਾਨ ਆ ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਹਾਰਾਜ ਨੇ ਅੰਮ੍ਰਿਤ ਦੀ ਰਾਤ ਬਖਸ਼ੀ ਸੀਗੀ। ਅਤੇ ਇੱਥੇ ਖੜ੍ਹ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਹਾਰਾਜ ਨੇ ਪੰਜ ਸੀਸ ਲਏ ਸੀਗੇ, ਇੱਥੋਂ ਹੀ ਅੰਮ੍ਰਿਤ ਦੀ ਰਾਤ ਸਾਨੂੰ ਮਿਲੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ, ਹੁਣ ਸਾਰੇ ਆਪਣੇ ਜਿਹੜੇ ਨਾਲ ਭਰਾ ਆਏ ਨੇ ਅਤੇ ਹੁਣ ਪਹੁੰਚ ਗਏ ਆਪਾਂ ਗੁਰੂ ਕਾ ਲੰਗਰ ਦੇ ਵਿੱਚ। ਸੋ ਹੁਣ ਚੱਲਦੇ ਹਾਂ ਲੰਗਰ ਖਾਣ ਅੰਦਰ। ਹਾਂਜੀ ਬਾਬੇ, ਹੁਣ ਆਪਾਂ ਪਹੁੰਚ ਗਏ ਹਾਂ ਜੀ ਗੁਰਦੁਆਰਾ ਪਤਾਲਪੁਰੀ ਸਾਹਿਬ, ਅਤੇ ਇੱਥੋਂ ਤੁਹਾਨੂੰ ਆਪਾਂ ਕੁਝ ਜਿਹੜਾ ਇਤਿਹਾਸ ਆ ਉਹ ਜਾਣੂ ਕਰਵਾਉਂਦੇ ਹਾਂ ਵੀਰ ਹੋਣਾਂ ਤੋਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਗੁਰਦੁਆਰਾ ਸਾਹਿਬ ਪਤਾਲਪੁਰੀ ਸਾਹਿਬ ਜੀ ਦੇ ਨਾਮ ਤੋਂ ਜਾਣਿਆ ਜਾਂਦਾ ਜੀ। ਇੱਥੋਂ ਦਾ ਇਤਿਹਾਸ ਇਹ ਆ ਜੀ, ਛੇਵੇਂ ਪਾਤਸ਼ਾਹ ਅਤੇ ਸੱਤਵੇਂ ਪਾਤਸ਼ਾਹ ਜੀ ਦਾ ਸਾਹਿਬ ਜੀ ਦਾ ਜਿਹੜਾ ਇੱਥੇ ਸੰਸਕਾਰ ਕੀਤਾ ਗਿਆ ਸੀਗਾ, ਅਤੇ ਉਹਨਾਂ ਨੇ ਤੀਰ ਮਾਰ ਕੇ ਇਸ ਸਥਾਨ ਨੂੰ ਪ੍ਰਗਟ ਕੀਤਾ ਸੀਗਾ ਛੇਵੇਂ ਪਾਤਸ਼ਾਹ ਜੀ ਨੇ। ਉਸ ਤੋਂ ਬਾਅਦ ਜਿਹੜਾ ਅੱਠਵੇਂ ਪਾਤਸ਼ਾਹ ਜੀ ਦਾ ਸੰਸਕਾਰ ਦਿੱਲੀ ਵਿਖੇ ਹੋਇਆ, ਉਹਨਾਂ ਦੇ ਗੀਠਾ ਸਾਹਿਬ ਨੂੰ ਇੱਥੇ ਲਿਆਂਦਾ ਗਿਆ ਸੀਗਾ। ਇਹ ਇਹਨਾਂ ਦਾ ਇਤਿਹਾਸ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ, ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਜੀ। ਹਾਂਜੀ ਵਾਹਿਗੁਰੂ ਜੀ, ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਇਹ ਜਿਹੜਾ ਗੁਰਦੁਆਰਾ ਹੈਗਾ ਪਤਾਲਪੁਰੀ ਸਾਹਿਬ, ਸੋ ਇੱਥੇ ਵੀ ਬਹੁਤ ਸਾਰੀ ਜਿਹੜੀ ਸੰਗਤ ਆ ਜਿਨ੍ਹਾਂ ਦੀ ਮ੍ਰਿਤਕ ਦੇਵ ਜਿਹੜੇ ਹੁੰਦੇ ਆ ਫੁੱਲ ਆ, ਉਹ ਇੱਥੇ ਪ੍ਰਵਾਹ ਕਰਦੇ ਨੇ। ਅਤੇ ਬਾਕੀ ਤੁਸੀਂ ਪਾਣੀ ਦਾ ਜਿਹੜਾ ਜਲ ਪ੍ਰਵਾਹ ਤੁਸੀਂ ਵੇਖ ਸਕਦੇ ਹੋ, ਬਹੁਤ ਜ਼ਿਆਦਾ ਤੇਜ਼ ਆ ਇੱਥੋਂ ਦਾ। ਅਤੇ ਇੱਥੇ ਵੀ ਬਹੁਤ ਜਿਹੜੇ ਸੰਗਤ ਆ ਜਿਨ੍ਹਾਂ ਦੀ ਮਤਲਬ ਮ੍ਰਿਤਕ ਦੇਵ ਜਿਹੜੇ ਹੁੰਦੇ ਆ ਫੁੱਲ, ਉਹ ਇੱਥੇ ਪ੍ਰਵਾਹ ਕਰਨ ਆਉਂਦੀ ਸੰਗਤਾਂ। ਹਾਂਜੀ ਬਾਬੇ, ਹੁਣ ਆਪਾਂ ਮੱਥਾ ਟੇਕ ਲਿਆ ਜੀ ਕੀਰਤਪੁਰ ਸਾਹਿਬ, ਜਿਨ੍ਹਾਂ ਦਾ ਨਾਮ ਗੁਰਦੁਆਰਾ ਹੈਗਾ ਆ ਪਤਾਲਪੁਰੀ ਸਾਹਿਬ ਗੁਰਦੁਆਰਾ। ਸੋ ਇੱਥੋਂ ਆਪਾਂ ਚਾਲੇ ਪਾਉਣ ਗਏ ਹਾਂ ਸਰਹੰਦ ਨੂੰ, ਅਤੇ ਸਾਰੇ ਆਪਣੇ ਵੀਰ ਭਰਾ ਜਿਹੜੇ ਹੈਗੇ ਨਾਲ ਆਏ ਨੇ, ਗੱਡੀ 'ਚ ਬਹਿ ਗਏ ਆ, ਅਤੇ ਤੁਹਾਨੂੰ ਹੁਣ ਮਿਲਾਂਗੇ ਜਾ ਕੇ ਆਪਾਂ ਸਰਹੰਦ ਫਤਿਹਗੜ੍ਹ ਸਾਹਿਬ। ਸਰਹੰਦ ਫਤਿਹਗੜ੍ਹ ਸਾਹਿਬ।
ਓਏ ਬਾਬੇ, ਰਾਤ ਹੋ ਗਈ ਆ ਤੇ ਰਾਤ ਨੂੰ ਪਹੁੰਚੇ ਆਪਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਰਹੰਦ ਤੇ ਸਮਾਪਤੀ ਹੋ ਗਈ ਆ ਤੇ ਹੁਣ ਆਪਾਂ ਸਿਰ ਦਰਸ਼ਨ ਕਰਾਂਗੇ ਬਹਿ ਕੇ ਤੇ ਇਸ ਟਾਈਮ ਆਪਣੇ ਜਿਹੜੇ ਨਾਲ ਦੇ ਸਿੰਘ ਆਏ ਨੇ ਤੇ ਇਸ ਟਾਈਮ ਖਾ ਰਹੇ ਆ ਜੀ ਬੇਲਪੁਰੀ ਦੇ ਬੜੇ ਸ਼ੌਕੀਨ ਨੇ ਆਪਣੇ ਭਰਾ ਜਿਹੜੇ ਆ ਤੇ ਤੁਹਾਨੂੰ ਦੱਸਾਂਗੇ ਬਰੌਣੀ ਕਿੱਦਾਂ ਆ ਬੇਲਪੁਰੀ ਬੇਲਪੁਰੀ ਤੇ ਇਹ ਹੈਗਾ ਫਤਿਹਗੜ੍ਹ ਸਾਹਿਬ ਸਰਹੰਦ ਗੁਰਦੁਆਰਾ ਸਾਹਿਬ ਦੇ ਸਾਹਮਣੇ ਲੱਗਦੀ ਰੇਹੜੀ ਵੀਰ ਦੀ ਜੇ ਕਿਤੇ ਖਾਣੀ ਆ ਤੇ ਜਰੂਰ ਆਇਓ ਬਾਕੀ ਬਣਾਉਂਦਾ ਵੀਰ ਘੈਂਟ ਆ ਤੇ ਆਪਾਂ ਖਾਣੀ ਪਹਿਲੀ ਵਾਰੀ ਆ ਲੋ ਬਾਬੇ ਬੰਦਿਆਂ ਨੇ ਪਸੰਦ ਕੀਤੀ ਵੀਰ ਦੀ ਜਿਹੜੀ ਬੇਲਪੁਰੀ ਆ ਬਹੁਤ ਸਵਾਦ ਬਣਾਈ ਆ ਤੇ ਸਾਨੂੰ ਵੀਰ ਨੇ ਵੱਡੇ ਗਲਾਸ ਭਰ ਕੇ ਦਿੱਤੇ ਆ ਜੇ ਕਿਸੇ ਨੇ ਵੀਰ ਕੋ ਖਾਣੀ ਆ ਜੇ ਕਿਸੇ ਨੇ ਵੀਰ ਕੋ ਖਾਣੀ ਆ 20 ਰੁਪਏ ਦਾ ਗਲਾਸ ਦਿੰਦਾ ਵੀਰ ਤੇ ਗੁਰਦੁਆਰਾ ਸਾਹਮਣੇ ਰੇਹੜੀ ਲੱਗਦੀ ਆ ਆਹ ਵੀਰ ਆਪਣਾ ਹੈਗਾ ਨਾਮ ਕੀ ਵੀਰ ਆਪਣਾ ਸਰਵਨ ਕੁਮਾਰ ਦੂਜੀ ਰੇਹੜੀ ਆ ਸਰਵਨ ਕੁਮਾਰ ਦੀ ਵੀ ਰੇਹੜੀ ਆ ਤੇ ਵੀਰ ਕੋ ਜ਼ਰੂਰ ਆਏ ਕਰ ਖਾਣ ਕੋ ਵੀਰ ਹੋਣਾ ਨੇ ਬੇਲਪੁਰੀ ਬਹੁਤ ਵਧੀਆ ਬਣਾਈ ਸੀ ਅਨੰਦਪੁਰ ਸਾਹਿਬ ਖਾਧੀ ਸੀ ਅਸੀਂ ਪਰ ਸਾਨੂੰ ਇੰਨਾ ਮਜ਼ਾ ਨਹੀਂ ਆਇਆ ਉਹ ਬਹੁਤੀ ਮਿੱਠੀ ਜਿਹੀ ਬਣਾਤੀ ਸੀ ਤੇ ਹੋਰ ਵੀ ਉਹ ਵੀਰ ਬੈਠੇ ਆ ਨਾਲ ਖਾ ਰਹੇ ਆ ਤੇ ਬਹੁਤ ਪਸੰਦ ਕੀਤੀ ਹੈ ਸਾਰੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਆਏ ਹਾਂ ਜੀ ਫਤਿਹਗੜ੍ਹ ਸਾਹਿਬ ਠੰਡੇ ਬੁਰਜ ਇਹਨਾਂ ਦਾ ਠੰਡੇ ਬੁਰਜ ਦਾ ਇਤਿਹਾਸ ਇਹ ਆ ਜੀ ਜਦੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਕੌਰ ਜੀ ਨੂੰ ਕੈਦ ਕੀਤਾ ਸੀਗਾ ਇਸ ਸਥਾਨ 'ਤੇ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ ਸੀਗਾ ਜੋ ਜਾਲਮਾਂ ਵੱਲੋਂ ਵੱਖ ਵੱਖ ਤਸੀਹੇ ਦਿੱਤੇ ਗਏ ਇਸ ਹੀ ਸਥਾਨ 'ਤੇ ਮੋਤੀ ਰਾਮ ਮਹਿਰਾ ਜੀ ਨੇ ਦੁੱਧ ਵੀ ਛਕਾਇਆ ਸੀਗਾ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਇਸ ਪਵਿੱਤਰ ਸਥਾਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬੇ ਹੁਣ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਪਹਿਲਾਂ ਆਪਾਂ ਗਏ ਫਤਿਹਗੜ੍ਹ ਸਾਹਿਬ ਸਰਹੰਦ ਜਿੱਥੇ ਮਤਲਬ ਛੋਟੇ ਸਾਹਿਬ ਨੂੰ ਕੈਦ ਵੀ ਕੀਤਾ ਗਿਆ ਤੇ ਸ਼ਹੀਦ ਵੀ ਕੀਤਾ ਗਿਆ ਸੀ ਸੋ ਹੁਣ ਆਪਾਂ ਜੋਤੀ ਸਰੂਪ ਜਿਹੜਾ ਇਤਿਹਾਸ ਆ ਉਹ ਤੁਹਾਨੂੰ ਆਪਾਂ ਜਾਣੂ ਕਰਾਉਂਦੇ ਵੀਰ ਹੋਣਾ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਥਾਨ ਆ ਇਹ ਸਥਾਨ ਦਾ ਨਾਮ ਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਇੱਥੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਕੌਰ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ ਟੋਟਰ ਮੱਲ ਵੱਲੋਂ ਇਹ ਮੋਹਰਾਂ ਵਿਛਾ ਕੇ ਇਸ ਜਗ੍ਹਾ ਨੂੰ ਖਰੀਦਿਆ ਗਿਆ ਸੀਗਾ ਮਤਲਬ ਇਹ ਸਭ ਤੋਂ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਵਾ ਜਿੱਥੇ ਟੋਟਰਮੱਲ ਜੀ ਨੇ ਮੋਹਰਾਂ ਵਿਛਾ ਕੇ ਇਹ ਜਗ੍ਹਾ ਖਰੀਦੀ ਸੀਗੀ ਇਸ ਸਥਾਨ 'ਤੇ ਮਾਤਾ ਜੀ ਦਾ ਅਤੇ ਸਾਹਿਬਜ਼ਾਦਿਆਂ ਜੀ ਦਾ ਸੰਸਕਾਰ ਕੀਤਾ ਗਿਆ ਸੀ ਆਓ ਤੁਹਾਨੂੰ ਦਰਸ਼ਨ ਦੀ ਤਾਰੀਖ ਕਰਾਈਏ ਜੀ ਵਾਹਿਗੁਰੂ ਆ
ਹਾਂਜੀ ਬਾਬੇ, ਹੁਣ ਆਪਾਂ ਰਸਤੇ ਵਿਚ ਨਾ ਗੱਡੀ ਖਿਲਾਰ ਕੇ ਤਾਂ ਦੇਖ ਰਹੇ ਆ ਘੜੀਆਂ ਤੇ ਟਾਈਮ ਬੇਸ ਤੇ ਇੱਥੇ ਬਹੁਤ ਬਹੁਤ ਸੋਹਣਾ ਲੱਗਾ ਆ। ਇਹ ਆਪਣਾ ਜਿਹੜਾ ਗੁਰਦੁਆਰਾ ਹੈਗਾ ਜੋਤੀ ਸਰੂਪ ਗੁਰਦੁਆਰਾ, ਤੇ ਉੱਥੇ ਲੱਗੇ ਹੋਈ ਆ ਘੜੀਆਂ ਵਗੈਰਾ। 2000 ਜੇ ਬਾਕੀ ਕਿ ਵੀਰ ਭਰਾ ਨੇ ਘੜੀਆਂ ਖਰੀਦੀਆਂ ਹੋਣ, ਬਹੁਤ ਬਹੁਤ ਸੋਹਣੀਆਂ ਘੜੀਆਂ ਲੱਗੀ ਨੇ, ਸ਼ੀਸ਼ੇ ਲੱਗੇ ਆ, ਤੇ ਗੁਰਦੁਆਰਾ ਹੈਗਾ ਜੋਤੀ ਸਰੂਪ ਤੇ ਸਰਹੰਦ ਫਤਿਹਗੜ੍ਹ ਸਾਹਿਬ। ਇਹ ਨੀਅਰ ਬੋਰਡ ਹੈਗਾ ਜੋਤੀ ਸਰੂਪ ਗੁਰਦੁਆਰਾ, ਤੇ ਤੁਸੀਂ ਇੱਥੋਂ ਸੋਹਣੀ ਸੋਹਣੀ ਜਿਹੜੀ ਘੜੀਆਂ ਖਰੀਦ ਸਕਦੇ ਹੋ। ਬਹੁਤ ਜ਼ਿਆਦਾ ਸੋਹਣੀ ਲੱਗੀ ਹੈ ਘੜੀਆਂ, ਤੇ ਇਹਦੇ ਸ਼ੀਸ਼ੇ ਅਲੱਗ ਅਲੱਗ ਟਾਈਪਾਂ ਦੇ ਵਧੀਆ। ਘਰਾਂ 'ਚ ਹੋਰ ਡੈਕੋਰੇਸ਼ਨ ਦੇ ਸਮਾਨ ਰੱਖਣ ਲਈ ਤਾਂ ਜ਼ਰੂਰ ਘਰ ਇੱਥੇ ਆ ਕੇ ਵਿਜ਼ਿਟ ਕਰਿਓ। ਹਾਂਜੀ ਬਾਬੇ, ਹੁਣ ਆਪਾਂ ਪਹੁੰਚ ਗਏ ਜੀ ਮੋਤੀ ਰਾਮ ਮਹਿਰਾ ਜੀ ਗੁਰਦੁਆਰਾ ਸਾਹਿਬ, ਅਤੇ ਇੱਥੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਕੇ ਤਾਂ ਇਤਿਹਾਸ ਦਾ ਜਾਣਕਾਰੀ ਜ਼ਰੂਰ ਕਰਾਵਾਂਗੇ ਤੁਹਾਨੂੰ। ਅੱਜ ਬਾਬੇ ਤੁਸੀਂ ਦਰਸ਼ਨ ਕਰ ਸਕਦੇ ਹੋ। ਜਿਹੜੇ ਗਲਾਸਾਂ ਵਿੱਚ ਸਾਹਿਬਜ਼ਾਦਿਆਂ ਨੇ ਦੁੱਧ ਪੀਤਾ ਸੀ ਉਹ ਇਸ 'ਚ ਜਿਹੜੇ ਗਲਾਸ ਨੇ ਸੁਸ਼ੋਭਿਤ ਹੈਗੇ ਨੇ। ਬਾਕੀ ਤੁਸੀਂ ਤਸਵੀਰ ਵੇਖ ਸਕਦੇ ਹੋ ਵੀ ਇੱਦਾਂ ਦਾ ਕੁਝ ਸਮਾਂ ਹੀ ਉਸ ਟਾਈਮ ਵੇਲੇ ਦਾ ਜਿੱਦਾਂ ਸਾਹਿਬਜ਼ਾਦੇ ਅਤੇ ਮਾਤਾ ਗੁਰੂ ਜੀ ਬੈਠੇ ਨੇ, ਅਤੇ ਇਹ ਜਿਹੜੇ ਪਿੱਛੇ ਜਿਹੜਾ ਪਿੱਛੇ ਦ੍ਰਿਸ਼ ਤੁਸੀਂ ਵੇਖ ਰਹੇ ਹੋ ਜੇਲ੍ਹ ਦਾ, ਸੇਮ ਇੱਦਾਂ ਦਾ ਤੁਸੀਂ ਮਤਲਬ ਇੱਕ ਤੁਸੀਂ ਅਮੈਜ਼ਨ ਕਰ ਸਕਦੇ ਹੋ ਕਿ ਇੱਦਾਂ ਦਾ ਸਮਾਂ ਉਸ ਟਾਈਮ ਹੈਗਾ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਜੋ ਦਰਸ਼ਨ ਦੀਦਾਰੇ ਗੁਰਦੁਆਰਾ ਸਾਹਿਬ ਦੀ ਕਰ ਰਹੇ ਹਾਂ, ਇਹ ਪਵਿੱਤਰ ਜਗ੍ਹਾ ਜਿੱਥੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਚਾਲੀ ਸਿੰਘ ਨਾਲ ਸ਼ਹੀਦ ਹੋਏ ਸੀਗੇ, ਇਸ ਪਵਿੱਤਰ ਸਥਾਨ 'ਤੇ ਉਸ ਟਾਈਮ ਮੁਗਲਾਂ ਨਾਲ ਜੰਗ ਲੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ ਸਿੰਘਾਂ ਨੇ ਅਤੇ ਸਾਹਿਬਜ਼ਾਦਿਆਂ ਨੇ। ਆਓ ਤੁਹਾਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾੜੀ ਸਾਹਿਬ, ਇਹਨਾਂ ਦਾ ਇਤਿਹਾਸ ਇਹ ਆ ਜੀ, ਜਦੋਂ ਮੁਗਲਾਂ ਨੇ ਘੇਰਾ ਪਾਇਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਅਤੇ ਸਿੰਘਾਂ ਨੂੰ, ਉਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਤਾੜੀ ਮਾਰ ਕੇ ਨਿਕਲੇ ਸੀਗੇ। ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਤਾੜੀ ਸਾਹਿਬ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬੇ, ਤੁਸੀਂ ਹੁਣ ਇਤਿਹਾਸ ਸੁਣਿਆ ਆ, ਅਤੇ ਇੱਥੋਂ ਦਾ ਗੁਰਦੁਆਰਾ ਸਾਹਿਬ ਦਾ ਜਿਹੜਾ ਮਤਲਬ ਜਿਹੜਾ ਹੁਣ ਮੁਰੰਮਤ ਹੋ ਰਹੀ ਆ, ਕੰਮ ਚੱਲਦਾ ਪਿਆ, ਅਤੇ ਜਿਹੜਾ ਮਾਰਾ ਸਰੂਪ ਆ ਉਹ ਰੱਖਿਆ ਗਿਆ ਇਸ ਸਾਈਡ 'ਤੇ। ਇਸ ਕਮਰੇ 'ਚ ਰੱਖਿਆ ਗਿਆ ਦਰਬਾਰ ਸਾਹਿਬ ਨਾ, ਅਤੇ ਬਹੁਤ ਸਾਰੀਆਂ ਸੰਗਤਾਂ ਇੱਥੇ ਹਾਲੇ ਵੀ ਤੱਕ ਜਿਹੜੀਆਂ ਆ ਰਹੀਆਂ ਨੇ।
ਅਤੇ ਕਿਉਂਕਿ ਅਨੰਦਪੁਰ ਸਾਹਿਬ ਜਿਹੜੇ ਮੇਲੇ ਚੱਲਦੇ ਪਏ ਅਤੇ ਉਹ ਹੁਣ ਰੱਦ ਹੋ ਗਏ ਨੇ। ਉਹ ਤੋਂ ਬਾਅਦ ਜਿਹੜੀ ਸੰਗਤਾਂ ਲਗਾਤਾਰ ਜਿਹੜੀਆਂ ਇੱਥੇ ਆਉਂਦੀਆਂ ਰਹਿੰਦੀਆਂ ਨੇ ਦਰਸ਼ਨ ਕਰਨ ਲਈ। ਸੋ ਸਾਰੀਆਂ ਜਿਹੜੀਆਂ ਮੈਂ ਆਪਾਂ ਨੂੰ ਬੇਨਤੀ ਇਹੀ ਸੰਗਤਾਂ ਨੂੰ ਆ ਕਿ ਵੱਧ ਚੜ੍ਹ ਕੇ ਆਪਣੇ ਜਿੰਨੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਹੈਗੇ ਆ ਜ਼ਰੂਰ ਜਾਇਆ ਕਰੋ ਤਾਂ ਜੋ ਆਪਣੇ ਇਤਿਹਾਸ ਦਾ ਸਾਨੂੰ ਪਤਾ ਲੱਗ ਸਕੇ। ਹਾਂਜੀ ਬਾਬੇ, ਹੁਣ ਤੁਸੀਂ ਸਾਰਾ ਇਤਿਹਾਸ ਸੁਣਿਆ ਗੁਰਦੁਆਰਾ ਸਾਹਿਬ ਦਾ। ਇਹ ਸਨ ਜਿਹੜਾ ਗੁਰਦੁਆਰਾ ਤਾੜੀ ਸਾਹਿਬ ਗੁਰਦੁਆਰਾ। ਸੋ ਆਪਾਂ ਦਾ ਜਿਹੜਾ ਮਕਸਦ ਵਲੋਗ ਬਣਾਉਣ ਦਾ ਇਹੀ ਵੀ ਜਿੰਨੇ ਵੀ ਆਪਣੇ ਵਲੋਗ ਭੈਣ ਭਰਾ ਵੇਖਦੇ ਆ, ਕੋਸ਼ਿਸ਼ ਆਪਾਂ ਇਹ ਕਰੀਏ ਵੀ ਜਿੰਨੇ ਆਪਣੇ ਇਤਿਹਾਸਕ ਗੁਰਦੁਆਰਾ ਸਾਹਿਬ ਹੈਗੇ ਆ ਤਾਂ ਜ਼ਰੂਰ ਆਪਣੇ ਬੱਚਿਆਂ ਨੂੰ ਜਾਂ ਆਪਣੇ ਵੱਡੇ ਭੈਣ ਭਰਾ ਲੈ ਕੇ ਜ਼ਰੂਰ ਜਾ ਕਰੋ ਤਾਂ ਜੋ ਆਪਣੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਲੈ ਸਕੀਏ। ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਜਿਹੜੇ ਆਪਣੇ ਸਿੱਖ ਇਤਿਹਾਸਕ ਗੁਰਦੁਆਰੇ ਹੈਗੇ ਆ ਤਕਰੀਬਨ ਆਪਾਂ ਸਾਰੇ ਵੇਖੀਏ ਕੋਸ਼ਿਸ਼ ਕਰਨੀ ਆ।